मुख्यमंत्री मान ने कांग्रेस आगू ते विरोधी धिर दे नेता प्रताप सिंह बाजवा दे तिखा हमला किया। मुख्यमंत्री भगवंत मान ने कांग्रेस आगू ते विरोधी धिर दे नेता प्रताप सिंह बाजवा दे तिखा हमला किया। एक इंटरव्यू दौरान सीएम मान ने कहा कि पंजाब विच इको एक अजिहा घर है जिसकी ग्राउंड फ्लोर ते कांग्रेस का झंडा ते पहली मंजिल ते भाजपा का झंडा है। घर विच 12 पौड़ियां हन। जे बाजवा साहिब गलती नाल 12 पौड़ियां चढ़ गए तां ਉਹ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ। ਸੀਐਮ ਮਾਨ ਨੇ ਅੱਗੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਮੇਰੇ ਕੋਲ ਆਏ, ਕਿਹਾ ਕਿ ਮੈਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨ ਦਿਓ ਤਾਂ ਅਸੀਂ ਕਿਹਾ ਕਿ ਫਿਰ ਅਸੀਂ ਗੰਗਾ ਨਗਰ ਤੋਂ ਚੋਣ ਲੜਾਂਗੇ। ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਇੱਕੋ ਜਿਹੇ ਅਧਰੂਨੀ ਖਾਤੇ ਬਾਰੇ ਬਾਜਵਾ ਵੱਲੋਂ ਲਗਾਏ ਗਏ ਦੋਸ਼ਾਂ ਤੇ ਸੀਐਮ ਮਾਨ ਨੇ ਵੀ ਆਪਣਾ ਜਵਾਬ ਦਿੱਤਾ। ਉਹਨਾਂ ਕਿਹਾ ਕਿ ਨਾ ਤਾਂ ਅਸੀਂ ਅਧਰੂਨੀ ਹਾਂ ਨਾ ਹੀ ਸਾਡੇ ਖਾਤੇ ਹਨ। ਜੇਕਰ ਅਸੀਂ ਭਾਜਪਾ ਨਾਲ ਸਮਝੌਤਾ ਕੀਤਾ ਹੁੰਦਾ ਤਾਂ ਉਹ ਦਿੱਲੀ ਵਿੱਚ ਕਿਉਂ ਪਰੇਸ਼ਾਨ ਕਰਦੇ। ਉਹਨਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਅਧਰੂਨੀ ਖਾਤਿਆਂ ਦੇ ਮਾਹਿਰ ਹਨ। ਦੱਸ ਦੇ ਕਿ 10 ਮਈ ਨੂੰ ਜਲੰਧਰ ਲੋਕ ਸਭਾ ਸੀਟ ਤੇ ਜ਼ਮੀਨੀ ਚੋਣ ਹੋਣੀ ਹੈ, ਜਿਸ ਕਾਰਨ ਸੂਬੇ ਵਿੱਚ ਹੋਣ ਵਾਲੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਿਆਸੀ ਪਾਰਟੀਆਂ ਦੇ ਆਗੂ ਇੱਕ ਦੂਜੇ ਤੇ ਜ਼ੋਰਦਾਰ ਦੋਸ਼ ਲਗਾ ਰਹੇ ਹਨ। ਆਮ ਆਦਮੀ ਪਾਰਟੀ ਨੇ ਸ਼ਨੀਵਾਰ ਨੂੰ ਰੋਡ ਸ਼ੋਅ ਵੀ ਕੱਢਿਆ।